ਫਿਰੋਜ਼ਪੁਰ ਦੇ ਪਿੰਡ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਦੇ ਵਿਚਕਾਰ ਜੰਮ ਕੇ ਡਾਂਗਾ ਸੋਟੇ ਚੱਲੇ ਤੇ ਜਿਸ ਵਿੱਚ ਇੱਕ ਅੰਮ੍ਰਿਤਧਾਰੀ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਮਮਦੌਟ ਵਿਖੇ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਇੱਕ ਕਨਾਲ ਜ਼ਮੀਨ ਹੈ ਤੇ ਆਰੋਪੀ ਧਿਰ ਦੇ ਵੱਲੋਂ ਕਬਜ਼ਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਇਸੇ ਤੇ ਲੈ ਕੇ ਉਹਨਾਂ ਨੇ ਤੇਜ਼ ਧਾਰ ਹਥਿਆਰਾਂ ਅਤੇ ਡਾਂਗਾਂ ਦੇ ਨਾਲ ਲੈਸ ਹੋ ਕੇ ਉਹਨਾਂ ਦੀ ਜ਼ਮੀਨ ਵਿੱਚ ਆ ਗਏ ਅਤੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਉਹਨਾਂ ਨੂੰ ਸੱਟਾਂ ਮਾਰੀਆਂ ਤੇ ਜ਼ਖਮੀ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਅੰਮ੍ਰਿਤਧਾਰੀ ਵਿਅਕਤੀ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਈ ਹੈ। ਇਸ ਮੌਕੇ ਪੀੜਤ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਤੇ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ। ਇਸ ਝਗੜੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕਿ ਦੋਵੇਂ ਧਿਰਾਂ ਇੱਕ ਦੂਜੇ ਦੇ ਨਾਲ ਡਾਂਗਾ ਸੋਟੇ ਲੈ ਕੇ ਭਿੜਦੀਆਂ ਨਜ਼ਰ ਆ ਰਹੀਆਂ ਨੇ। ਮੇਰਾ ਨਾਮ ਹਰਜਿੰਦਰ ਕੌਰ ਹੈ ਜੀ। ਅਸੀਂ ਪਿੰਡ ਕੰਧਾਵਲੀ ਦੇ ਰਹਿਣ ਵਾਲੇ ਹਾਂ। ਜਿਹੜੀ ਕੁੱਟਮਾਰ ਹੋਈ ਹੈ ਇਹ ਸਾਡੀ ਜ਼ਮੀਨ ਦਬਾਉਣਾ ਚਾਹੁੰਦੇ ਆ ਅਤੇ ਮਤਲਬ ਸਾਡੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਆ। ਕਨਾਲ ਪੈਲੀ ਹੈ ਸਾਡੀ ਅਤੇ ਅਸੀਂ ਖੇਤਾਂ ਵਿੱਚ ਕੰਮ ਕਰਦੇ ਸੀ। ਅਸੀਂ ਮਤਲਬ ਕਿ ਆਪਦੀ ਪੈਲੀ ਵਿੱਚ ਮਤਲਬ ਕੋਈ ਵੀ ਕੰਮ ਕਰ ਰਹੇ ਸੀ ਅਤੇ ਇਹਨਾਂ ਨੇ ਸਾਡੇ 'ਤੇ ਆਣ ਕੇ ਤਲਵਾਰਾਂ ਅਤੇ ਕਾਪੇ ਲੈ ਕੇ ਹਮਲਾ ਕੀਤਾ ਹੈ ਸਾਡੇ 'ਤੇ ਅਤੇ ਇਹ ਮਤਲਬ ਉਹਨਾਂ ਨੇ ਡਰਿੰਕ ਵੀ ਕੀਤੀ ਹੋਈ ਸੀ ਅਤੇ ਉਹ ਨਸ਼ੇ ਦੀ ਹਾਲਤ ਵਿੱਚ ਸੀ। ਇਸ ਕਰਕੇ ਮਤਲਬ ਅਸੀਂ ਆਪਦਾ ਬਚਾਅ ਕਰਨ ਵਾਸਤੇ ਉੱਥੋਂ ਦੌੜੇ ਅਤੇ ਇਹਨਾਂ ਨੇ ਸਾਡੇ ਘਰ ਉੱਤੇ ਵੀ ਪੂਰਾ ਹਮਲਾ ਕੀਤਾ ਹੈ ਸਾਡੇ ਉੱਥੇ ਕਿ ਹਾਂਜੀ ਅਸੀਂ ਸਾਰਾ ਪਰਿਵਾਰ ਅੰਮ੍ਰਿਤਧਾਰੀ ਹਾਂ। ਸਾਡੇ ਸਾਰੇ ਗੁਰਦੁਆਰਾ ਸਾਹਿਬ ਜਾਂਦੇ ਆ ਤਿੰਨੇ, ਮਤਲਬ ਸਾਡੇ ਪਾਪਾ ਜੀ ਵੀ ਅਤੇ ਇਹ ਦੋਨੇ ਬ੍ਰਦਰ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਆ। ਸਾਡੇ ਸਾਰੇ ਪਰਿਵਾਰ ਵਿੱਚੋਂ ਕੋਈ ਵੀ ਡਰਿੰਕ ਵਗੈਰਾ ਵਾਲਾ ਹੈ ਨਹੀਂ ਗਾ ਅਤੇ ਸਾਡਾ ਸਾਰਾ ਪਰਿਵਾਰ ਹੀ ਅੰਮ੍ਰਿਤਧਾਰੀ ਹੈ। ਇਹਨਾਂ ਦਾ ਸਾਰਾ ਪਰਿਵਾਰ ਡਰਿੰਕ ਕਰਨ ਵਾਲਾ ਹੈ। ਇਹ ਸਾਨੂੰ ਦਿਨ ਰਾਤ ਗੰਦੀਆਂ ਗੰਦੀਆਂ ਗਾਲਾਂ ਦੇ ਕੇ ਅਤੇ ਸਾਨੂੰ ਮਿਹਨੇ ਮਾਰਦੇ ਆ। ਹਾਂਜੀ ਕਬਜ਼ਾ ਕਰਨਾ ਚਾਹੁੰਦੇ ਆ। ਹਾਂਜੀ ਸਾਡੇ ਗੇਟ ਦੀ ਕਾਫੀ ਇਹਨਾਂ ਨੇ ਆਣ ਕੇ ਗੁੰਡੇ ਬੁਲਾਏ ਆ ਅਤੇ ਅਸੀਂ ਜਦੋਂ ਆਪਦੀ ਜਾਨ ਬਚਾਉਣ ਲਈ ਘਰੇ ਆ ਗਏ ਹਾਂ ਅਸੀਂ ਆਣ ਕੇ ਆਪਦੇ ਘਰ ਦਾ ਲੌਕ ਲਾ ਲਿਆ ਅਤੇ ਇਹ ਉੱਥੋਂ ਮਤਲਬ ਇਹਨਾਂ ਨੇ ਗੁੰਡੇ ਬੁਲਾ ਲਏ ਆ। ਗੁੰਡੇ ਬੁਲਾ ਕੇ ਅਤੇ ਇਹਨਾਂ ਨੇ ਸਾਡੀ ਪਹਿਲਾਂ ਤਾਂ ਖੇਤਾਂ ਵਾਲੀ ਪਾਣੀ ਵਾਲੀ ਮੋਟਰ ਚੱਲਦੀ ਹੋਈ ਦੀਆਂ ਪੈਪਾਂ ਵਗੈਰਾ ਤੋੜ ਕੇ ਖੂਹੀ ਸਾਡੀ ਭੰਨ ਤੋੜ ਕਰਤੀ, ਖਾਡਾ ਵਗੈਰਾ ਵੀ ਭੰਨ ਤੋੜ ਕਰਤਾ। ਉਸ ਤੋਂ ਬਾਅਦ ਇਹਨਾਂ ਨੇ ਘਰੇ ਆਣ ਕੇ ਸਾਰੇ ਪਿੰਡ ਵਿੱਚ ਗਲੀਆਂ ਵਿੱਚ ਫਿਰ ਫਿਰ ਕੇ ਆਣ ਕੇ ਅਤੇ ਸਾਡਾ ਗੇਟ ਦੀ ਕਾਫੀ ਭੰਨ ਤੋੜ ਕੀਤੀ ਹੈ ਅਤੇ ਸਾਨੂੰ ਇਹ ਆ ਕਿ ਜੇ ਮਤਲਬ ਅਸੀਂ ਗੇਟ ਖੋਲ੍ਹ ਲੈਂਦੇ ਜਾਂ ਮਤਲਬ ਇਹ ਉੱਤੋਂ ਦੀ ਆ ਜਾਂਦੇ ਤਾਂ ਸਾਡੀ ਜਾਨੀ ਨੁਕਸਾਨ ਹੋ ਸਕਦਾ ਸੀ। ਹਾਂਜੀ ਉਹੀ ਨਾ, ਪੁਲਿਸ ਨੂੰ ਚਾਹੀਦਾ ਹੈ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਅਤੇ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਜਿਨ੍ਹਾਂ ਜਿਨ੍ਹਾਂ ਦੀ ਮਤਲਬ ਆਪਦਾ ਹੱਕ ਏ ਜਾਂ ਕੁਛ ਵੀ ਏ ਉਹਨਾਂ ਨੂੰ ਉਹਨਾਂ ਦਾ ਬਣਦਾ ਸਰ ਦਾ ਹੱਕ ਦਵਾਇਆ ਜਾਵੇ ਅਤੇ ਮਤਲਬ ਜੋ ਵੀ ਇੰਨਾ ਨਸ਼ਾ ਕਰਦੇ ਆ ਜਾਂ ਕੁਛ ਵੀ ਉਹਨਾਂ 'ਤੇ ਨੱਤ ਪਾਈ ਜਾਵੇ ਕਿ ਉਹ ਨਸ਼ਾ ਦੀ ਹਾਲਤ ਕਰਕੇ ਲੋਕਾਂ ਦੀਆਂ ਨਜਾਇਜ਼ ਹੀ ਜ਼ਮੀਨਾਂ 'ਤੇ ਕਬਜ਼ਾ ਕਰੀ ਜਿਹਦੇ ਕਿ ਸਾਡੀ ਜ਼ਮੀਨ ਦੀ ਸਾਡੇ ਕੋਲ ਰਜਿਸਟਰੀ ਵੀ ਸਾਡੀ ਹੈ, ਇੰਤਕਾਲ ਵੀ ਸਾਡਾ ਏ, ਹਰੇਕ ਫਿਰ ਵੀ ਕਬਜ਼ਾ ਸਾਡੀ ਜ਼ਮੀਨ 'ਤੇ ਕੀਤਾ ਜਾ ਰਿਹਾ। ਹਾਂਜੀ ਇਹਨਾਂ 'ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈ। ਮੇਰਾ ਨਾਮ ਸਰਦਾਰ ਤਰਸੇਮ ਸਿੰਘ, ਅਸੀਂ ਪਿੰਡ ਕੰਧਾਵਲੀ ਦੇ ਰਹਿਣ ਵਾਲੇ ਹਾਂ। ਉਹ ਭਾਅ ਜੀ ਆਪਣੀ ਜਿਹੜੀ ਕਨਾਲ ਥਾਂ ਸੀ ਉਹ ਰਜਿਸਟਰੀ ਸਾਡੇ ਨਾਂ, ਇੰਤਕਾਲ ਸਾਡੇ ਨਾਂ 'ਤੇ ਆ ਅਤੇ ਜਿਹੜੀ ਸਾਡੀ ਦੂਜੀ ਪਾਰਟੀ ਉਹ ਧੱਕੇ ਨਾਲ ਸਾਡੀ ਪੈਲੀ 'ਤੇ ਕਬਜ਼ਾ ਕਰਨਾ ਚਾਹੁੰਦੀ, ਜਿਸ ਵਜ੍ਹਾ ਕਰਕੇ ਅਸੀਂ ਖੇਤਾਂ 'ਚ ਕੰਮ ਕਰਦੇ ਪਏ ਸੀ ਅਤੇ ਦੂਜੀ ਧਿਰ ਆਈਏ ਅਸੀਂ ਨਿਹੱਤੇ ਸਾਂ, ਉਹਨਾਂ ਕੋਲੋਂ ਕਰਵਾਨਾ ਟਕਵੇ ਗੰਡਾਸੀਆਂ ਸੀ ਅਤੇ ਸਾਡੇ ਉੱਤੇ ਆਣ ਕੇ ਵਾਰ ਕਰਨੇ ਸ਼ੁਰੂ ਕਰਤੇ ਆ, ਜਿਹਦੇ ਕਾਰਨ ਮੇਰੇ ਉਹਨਾਂ ਦੇ ਕੇਸ ਵੀ ਪੱਟੇ ਆ, ਦਾੜਾ ਮੇਰਾ ਪੱਟਿਆ ਨੇ ਅਤੇ ਮੇਰੇ ਸਿਰ 'ਚ ਡਾਂਗ ਮਾਰੀ, ਇੱਕ ਮੇਰੇ ਮੋਢੇ 'ਤੇ ਡੰਗ ਵੱਜੀ ਏ
ਅਤੇ ਜਿਹਦੇ ਕਰਕੇ ਮੈਂ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ ਅਸੀਂ ਘਰ ਆਏ ਹਾਂ ਅਤੇ ਸਾਡੇ ਘਰ ਆਣ ਕੇ ਗਲ ਪੈ ਗਏ ਨੇ ਅਤੇ ਅਸੀਂ ਕੁੰਡਾ ਮਾਰਿਆ ਸੀ ਅੰਦਰੋਂ, ਲੋਕ ਲਗਾ ਕਰ ਲਿਆ। ਲੋਕ ਕਰਨ ਕਰਕੇ ਸਾਡਾ ਥੋੜ੍ਹਾ ਜਿਹਾ ਬੱਚਤ ਹੋ ਗਈ ਹੈ, ਪਰ ਸਾਡੇ ਬੂਹੇ ਨਾਲ ਇਹਨਾਂ ਨੇ ਬਹੁਤ ਧੱਕਾ ਕੀਤਾ ਹੈ। ਡਾਂਗਾਂ ਮਾਰਦੇ ਰਹੇ ਆ, ਪੰਡਾਸੇ ਮਾਰਦੇ ਰਹੇ ਆ, ਕਿਰਪਾਨਾਂ ਮਾਰਦੇ ਰਹੇ ਆ, ਜਿਹਦੇ ਕਰਕੇ ਤਿੰਨਾਂ ਚਾਰਾਂ ਜਗ੍ਹਾ ਤੋਂ ਜਿਹੜੀ ਚਾਦਰ ਉਹ ਫਟ ਗਈ ਡਾਂਗਾਂ ਵੱਜਣ ਕਰਕੇ। ਕਿਰਪਾਨਾਂ ਵੀ, ਹਾਂਜੀ, ਭੰਨ ਤੋੜ ਕਾਫੀ ਕੀਤੀ ਨੇ। ਹਾਂਜੀ, ਪੂਰੀ ਗੁੰਡਾਗਰਦੀ ਕੀਤੀ ਹੈ। 15-16 ਜਣੇ ਸੀ ਅਤੇ ਇਕੱਠੇ ਹੋ ਕੇ ਆ ਗਏ। ਅਸੀਂ 4 ਜਣੇ ਸਾਂ, ਅਸੀਂ ਤਾਂ ਮਸਾਂ ਜਿੰਦ ਬਚਾਈ ਆਪਦੀ ਭੱਜ ਦੌੜ ਕਰਕੇ। ਕਬਜ਼ਾ ਕਰਨਾ ਚਾਹੁੰਦੇ? ਹਾਂਜੀ, ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਆ। ਮੌਕੇ ਤੇ ਵੀਡੀਓ ਬਣੀ ਜਿਹੜੀ, ਹਾਂਜੀ, ਮੌਕੇ ਸਾਡੀ ਵੀਡੀਓ ਬਣੀ ਹੋਈ। ਹਾਂਜੀ, ਤੇ ਸਾਡੀ ਬਸ ਮੋਨੋ ਬਲਾਕ ਮੋਟਰ ਏ, ਉਹਦੀ ਭੰਨ ਤੋੜ ਕਰਦੀ ਏ। ਇੱਕ ਕੁਛ ਬੱਚਾ ਏ ਜਿਹਨੂੰ ਆਮ ਪੰਜਾਬੀ ਚ ਖੱਡਾ ਵੀ ਕਹਿ ਦਿੰਦੇ ਆ, ਉਹ ਵੀ ਭੰਨ ਤੋੜ ਕਰਦਾ ਸਾਰਾ। ਸਾਰੀ ਭੰਨ ਤੋੜ ਕੀਤੀ? ਹਾਂਜੀ, ਸਟਾਰਟਰ ਵੀ ਸਾਰਾ ਤੋੜ ਦਿੱਤਾ ਨੇ, ਕੇਵਲ ਹੀ ਸਾਰੀ ਟੁੱਟ ਦਿੱਤੀ ਨੇ। ਉਹਦੇ ਵਿੱਚ ਸਾਡੀ ਇਹ ਮੰਗ ਏ ਵੀ ਸਾਡੀ ਸੁਣਵਾਈ ਕੀਤੀ ਜਾਵੇ, ਜੋ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ। ਹਾਂਜੀ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਸਿਟੀ ਹੋਮ ਨਿਊਜ਼ ਦੇ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।